ਸਭਾ ਚੋਣਾਂ 2019 ਲਈ ਪੰਜਾਬ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ। ਆਓ ਉਸ ਤੋਂ ਪਹਿਲਾਂ ਅੱਜ ਦੇ ਨੌਜਵਾਨਾਂ ਤੋਂ ਜਾਣਦੇ ਹਾਂ ਕਿ ਅੱਜ ਦਾ ਯੁਵਾ ਕੀ ਸੋਚ ਰਿਹਾ ਹੈ ਆਪਣੇ ਬਾਰੇ, ਆਪਣੇ ਸ਼ਹਿਰ ਬਾਰੇ ਅਤੇ ਆਪਣੇ ਪੰਜਾਬ ਬਾਰੇ। 80% ਯੂਥ ਇੱਥੇ ਜਿਹੜਾ ਨਸ਼ੇ ਪੂਰਾ ਉਹ ਕੋਈ ਨਾ ਕੋਈ ਨਸ਼ੇ ਕਰ ਲਈ ਦਾ ਕੁਛ ਵੀ ਆ। ਪੰਜਾਬ 'ਚ ਬਿਲਕੁਲ ਵੀ ਸੇਫ ਨਹੀਂ ਹੈਗੀਆਂ। ਮੇਰਾ ਨਾਮ ਜਸਜੋਤ ਆ। ਗੁਰਪਾਲ, ਅਮਰਿੰਦਰ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ ਜੀ। ਤੁਸੀਂ ਸਾਰੇ ਅੱਛੇ ਪੜ੍ਹੇ ਲਿਖੇ ਲੱਗ ਰਹੇ ਹੋ, ਤੁਸੀਂ ਕੀ ਸੋਚਦੇ ਹੋ ਕਿ 19 ਮਈ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਪੰਜਾਬ ਲਈ ਤੁਸੀਂ ਕਿਸ ਤਰ੍ਹਾਂ ਦਾ ਬਦਲਾਵ ਦੇਖਣਾ ਚਾਹੁੰਦੇ ਹੋ ਜਾਂ ਜਿਵੇਂ ਚੱਲ ਰਿਹਾ ਹੈ ਓਕੇ ਹੈ? ਨਹੀਂ, ਚੇਂਜ ਤਾਂ ਚਾਹੀਦਾ ਜੀ ਬਿਲਕੁਲ। ਹੁਣ ਜਿਵੇਂ ਕਈ ਇੰਨੇ ਪੜ੍ਹੇ ਲਿਖੇ ਆ, ਮੇਰੇ ਕੋਲ ਸਟੂਡੈਂਟਸ ਆਉਂਦੇ ਆ, ਮੈਂ ਫ੍ਰੈਂਚ ਟੀਚ ਕਰਦਾ, ਅਤੇ ਮੇਰੇ ਕੋਲ ਕਈ ਸਟੂਡੈਂਟ PhD ਵਾਲੇ ਆਉਂਦੇ ਆ, ਬਿਕੋਜ਼ ਉਹਨਾਂ ਦੇ ਕੋਲ ਜੋਬਸ ਹੀ ਨਹੀਂ ਹੈਗੀਆਂ। ਸਾਰੀ ਜਿੰਨੀ ਇੰਡਸਟਰੀ ਆ ਸਾਰੀ ਮੂਵ ਕਰਕੇ ਪੰਜਾਬ ਤੋਂ ਬਾਹਰ, ਠੀਕ ਹੈ। ਹੁਣ ਯੂਥ ਇੱਥੇ ਸੁਸਾਈਡਸ ਕਰਦੇ ਪਏ ਆ, ਕਈ ਨਸ਼ਿਆਂ 'ਚ ਚਲੇ ਗਏ ਆ, ਡਿਪਰੈਸ਼ਨ ਦੇ ਮਰੀਜ਼ ਆ। 80% ਯੂਥ ਇੱਥੇ ਜਿੰਨਾ ਦੇਖੂਗਾ ਉਹ ਕੋਈ ਨਾ ਕੋਈ ਨਸ਼ੇ ਕਰੀ ਜਾਂਦਾ ਕੁਛ ਵੀ ਆ। ਕਿਉਂ? ਡਿਊ ਟੂ ਅਨਇੰਪਲੋਇਮੈਂਟ ਅਤੇ ਇੰਨੀ ਐਜੂਕੇਸ਼ਨ ਆ ਉਹਨਾਂ ਕੋਲ। ਲੇਕਿਨ ਮੈਂ ਜਿਵੇਂ ਤੁਹਾਨੂੰ ਦੱਸ ਦਈਏ ਕਿ ਅਗਰ ਕਾਂਗਰਸ ਪਾਰਟੀ ਹੈ ਜਾਂ BJP ਅਕਾਲੀ ਦਲ ਹੈ, ਸਾਰੇ ਕਹਿੰਦੇ ਨੇ ਕਿ ਨਸ਼ਿਆਂ ਤੋਂ ਅਸੀਂ ਮੁਕਤ ਕਰਨਾ ਹੈ, ਮੁਕਤ ਕਰਨਾ ਹੈ ਜਾਂ ਕਰ ਰਹੇ ਨੇ ਜਾਂ ਜੋ ਵੀ ਕਹਿ ਰਹੇ ਨੇ, ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਨੇ ਉਹਨਾਂ ਵੱਲੋਂ ਹਾਲੇ ਤੱਕ ਕੁਛ ਕੀਤਾ ਗਿਆ ਹੈ ਜਾਂ? ਵੈਸੇ ਤਾਂ ਪਹਿਲੇ ਨਾਲੋਂ ਬਹੁਤ ਐਡਵਾਂਸਮੈਂਟ ਆ। ਅਸੀਂ ਹੁਣੇ ਗਰਾਊਂਡ ਤੋਂ ਆਏ ਹਾਂ, ਮੈਂ ਅਤੇ ਮੇਰਾ ਫਰੈਂਡ, ਉੱਥੇ ਪਹਿਲੇ ਨਾਲੋਂ ਗਰਾਊਂਡ 'ਚ ਬੰਦੇ ਵੀ ਬਹੁਤ ਜ਼ਿਆਦਾ ਨੇ, ਯੂਥ ਵੀ ਬਹੁਤ ਹੈ। ਸਿਰਫ ਇੱਕ ਪ੍ਰੋਬਲਮ ਆ ਅਨਇੰਪਲੋਇਮੈਂਟ ਦੀ, ਜੋ ਮੇਰੇ ਅਕੋਰਡਿੰਗਲੀ ਆ, ਉਸ ਚੀਜ਼ ਦੇ ਉੱਤੇ ਧਿਆਨ ਦੇਣਾ ਚਾਹੀਦਾ ਇਹਨਾਂ ਨੂੰ। ਅਤੇ ਬਾਕੀ ਤੁਸੀਂ ਚੇਂਜ ਚਾਹੋਗੇ, ਬਦਲਾਵ, ਕਿ ਉਹੀ ਓ ਰਵਾਇਤੀ ਪਾਰਟੀਆਂ ਚੱਲਣ ਜਾਂ ਕੁਛ ਨਵਾਂ ਹੋਵੇ? ਨਹੀਂ, ਨਵਾਂ ਹੋਣਾ ਚਾਹੀਦਾ ਜੀ, ਪੁਰਾਣੇ ਦੇਖ ਲਏ ਹੁਣ। ਐਜ਼ ਅ ਯੂਥ ਤੁਸੀਂ ਕੀ ਸੋਚਦੇ ਹੋ ਕਿ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਨੇ 19 ਮਈ ਨੂੰ, ਉਹਦੇ ਵਾਸਤੇ ਕਿਵੇਂ ਤੁਸੀਂ ਪੰਜਾਬ ਲਈ ਕਿਸ ਤਰ੍ਹਾਂ ਦਾ ਬਦਲਾਵ ਚਾਹੁੰਦੇ ਹੋ? ਸਭ ਤੋਂ ਫਸਟ ਪੁਆਇੰਟ ਆ ਗਰਲ ਸੇਫਟੀ ਦਾ। ਪੰਜਾਬ 'ਚ ਗਰਲਸ ਬਿਲਕੁਲ ਵੀ ਸੇਫ ਨਹੀਂ ਹੈਗੀਆਂ, ਗਰਲ ਸੇਫਟੀ ਹੋਣੀ ਚਾਹੀਦੀ ਹੈ। ਬਾਕੀ ਚਾਈਲਡ ਲੇਬਰ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ, ਚਾਈਲਡਸ ਨੂੰ ਵੀ ਮਤਲਬ ਥੋੜ੍ਹੀਆਂ ਸਟੱਡੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ, ਉਹਨਾਂ ਦੀ ਸਕਾਲਰਸ਼ਿਪਸ, ਉਹਨਾਂ ਨੂੰ ਸਟੱਡੀਜ਼ ਲਈ ਬਹੁਤ ਕੁਛ ਦੇਣਾ ਚਾਹੀਦਾ। ਬਾਦਲ ਸਰਕਾਰ ਪਹਿਲਾਂ ਸੀ, ਪਿਛਲੇ ਕੁਛ ਟਾਈਮ ਤੋਂ ਉਹਨਾਂ ਨੇ ਤਾਂ ਕਿਹਾ ਸੀ ਅਸੀਂ ਬੜੇ ਸਾਰੇ ਕਾਲਜਸ ਖੋਲ੍ਹ ਦਿੱਤੇ ਨੇ, ਬੜਾ ਸਭ ਕੁਛ ਕਰਤਾ ਹੈ, ਉਹਦੇ ਬਾਅਦ ਵੀ ਲੱਗਦਾ ਤੁਹਾਨੂੰ ਕਿ ਚਾਈਲਡ ਲੇਬਰ ਚੱਲ ਰਹੀ? ਕਾਫੀ ਫੀ ਸਟਰਕਚਰ ਕਾਫੀ ਜ਼ਿਆਦਾ ਨਾ, ਕਈਆਂ ਦੇ ਪੇਰੈਂਟਸ ਉਹ ਅਫੋਰਡ ਨਹੀਂ ਕਰ ਸਕਦੇ, ਇਸ ਲਈ ਉਹਨਾਂ ਨੂੰ ਥੋੜ੍ਹਾ ਸੋਚਣਾ ਚਾਹੀਦਾ ਕਿ ਕੋਈ ਸਕਾਲਰਸ਼ਿਪ ਦਿੱਤੇ ਜਾਣ, ਇੱਦਾਂ ਦੇ ਫੰਡਸ ਪ੍ਰੋਵਾਈਡ ਕੀਤੇ ਜਾਣ ਕਿ ਉਹਨਾਂ ਨੂੰ ਮਤਲਬ ਸਟੱਡੀ ਦਿੱਤੀ ਜਾ ਸਕੇ ਪ੍ਰੋਪਰ। ਹੁਣ ਜੋ ਕਾਂਗਰਸ ਸਰਕਾਰ ਕਰ ਰਹੀ ਹੈ ਉਹਦੇ 'ਚ ਤੁਹਾਨੂੰ ਸੈਟਿਸਫੈਕਸ਼ਨ ਨਹੀਂ ਹੈ? ਨਹੀਂ। ਇਹ ਤਾਂ ਹੋਈਆਂ ਦੋ ਰਵਾਇਤੀ ਪਾਰਟੀਜ਼, ਇਸ ਤੋਂ ਇਲਾਵਾ ਤੁਸੀਂ ਕੀ ਸੋਚਦੇ ਹੋ ਕੋਈ ਥਰਡ ਫਰੰਟ ਸਾਹਮਣੇ ਆਉਣਾ ਚਾਹੀਦਾ ਜੋ ਸਾਰਿਆਂ ਲਈ ਕੁਛ ਸੋਚੇ, ਕੰਮ ਕਰੇ, ਸਪੈਸ਼ਲੀ ਯੂਥ ਲਈ ਕੋਈ ਐਵੇਂ ਦਾ ਮਤਲਬ ਹੋਣੀ ਚਾਹੀਦੀ ਆ ਪਾਰਟੀ ਜਿਹੜੀ ਯੂਥ ਲਈ ਸੋਚੇ? ਔਰ ਯੂਥ ਹੀ ਹੋਵੇ? ਹਾਂ, ਯੂਥ ਹੀ ਹੋਵੇ, ਕਿਉਂਕਿ ਯੂਥ ਹੀ ਯੂਥ ਨੂੰ ਅੰਡਰਸਟੈਂਡ ਕਰ ਸਕਦਾ।